ਹਾਂਜੀ ਦੋਸਤੋ ਦੀਨ ਸੇਵਾਮਾ ਚੌਣ ਬੋਰਡ ਜਨਕੀ ਪੀਟ੍ਰੀਪਲਸ ਵੀ ਬੋਰਡ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਨ੍ਹਾਂ ਨੇ ਇਹ ਪੇਪਰ ਦਿੱਤਾ ਸੀ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਉਹਨਾਂ ਲਈ ਬਹੁਤ ਹੀ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਕਿ 16/1/2022 ਯਾਨੀ ਕਿ ਅੱਜ ਦੀ ਡੇਟ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਸੰਬੰਧੀ ਪੂਰੀ ਕੰਪਲੀਟ ਜਾਣਕਾਰੀ ਦੇਵਾਂਗਾ ਇਸ ਚੈਨਲ ਦੇ ਉੱਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੇ ਹਰ ਇੱਕ ਅਪਡੇਟ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਇਸਹਾਮੀਆਂ ਸੰਬੰਧੀ ਜਾਣਕਾਰੀ ਪ੍ਰਾਈ ਸਰਕਾਰੀ ਸਾਮੀ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਉਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅਸੀਂ ਇਹ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੇ ਜਿੱਥੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਕਿਉਂਕਿ ਉਸ ਦੇ ਵਿੱਚ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਜ ਕੋਈ ਵੀ ਨਤੀਜਾ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਵੀ notification ਹੁੰਦਾ ਹੈ ਉਸਦੀ ਪੀਡੀਐਫ ਫਾਈਲ ਉੱਥੇ ਅਸੀਂ ਅਪਲੋਡ ਕਰਦੇ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਇੱਕ ਸਾਡਾ ਫੇਸਬੁੱਕ ਪੇਜ ਹੈ ਤੇ ਇੰਸਟਾਗ੍ਰam ਪੇਜ ਹੈ ਜੋ ਐਮਡੀ ਜੋਬ ਅਲਰਟਸ ਦੇ ਉੱਤੇ ਨਾਮ ਦੇ ਉੱਤੇ ਹੈ ਤੁਸੀਂ ਉਸ ਨੂੰ ਫੋਲੋ ਤੇ ਲਾਈਕ ਜਰੂਰ ਕਰਿਓ ਐਮਡੀ ਜੋਬ ਅਲਰਟਸ ਦੇ ਨਾਮ ਦੇ ਉੱਤੇ ਦੋਨੋਂ ਪੇਜ ਨੇ ਚਲੋ ਆਪਾਂ ਵੀਡੀਓ ਦੇ ਅੱਗੇ ਵੱਲ ਵਧਦੇ ਹਾਂ ਜੋ ਅੱਜ ਦਾ ਨੋਟੀਫਿਕੇਸ਼ਨ ਹੈ ਉਹ 16 1 2022 ਯਾਨੀ ਕਿ ਅੱਜ ਅਨਾਉਂਸ ਕੀਤਾ ਗਿਆ ਹੈ ਜੋ ਕਿ ਇਹਦੀਨ ਸੇਵਾਮਾ ਚੌਂਡ ਬੋਰਡ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੀਟਪੀਐਸਬੀ ਤੁਹਾਨੂੰ ਦੱਸ ਦਈਏ ਕਿ ਇਸ ਇਤਿਹਾਰ ਨੰਬਰ 8 ਆਫ 2021 ਬਾਰਡਰ ਮੈਟਰਨ ਜੇਲਾਂ ਦੀ ਭਰਤੀ ਸੰਬੰਧੀ ਨੋਟੀਫਿਕੇਸ਼ਨ ਆਇਆ ਸੀ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 7 1 2022 ਨੂੰ ਜਨਤਿਕ ਸੂਚਨਾ ਆਈ ਸੀ ਅਤੇ 14 1 2022 ਨੂੰ ਇੱਕ ਹੋਰ ਸੂਚਨਾ ਆਈ ਸੀ ਜੋ ਕਿ ਸਰੀਰਕ ਮੁਆਪਸ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਵਿੱਚ ਜੋ ਯੋਗ ਪਾਏ ਗਏ ਉਮੀਦਵਾਰ ਸੀ ਉਹਨਾਂ ਨੂੰ 18 ਜਨਵਰੀ 2022 ਤੋਂ 3 ਫਰਵਰੀ 2022 ਤੱਕ ਬੁਲਾਇਆ ਗਿਆ ਸੀ ਇਸ ਤੇ ਸੰਬੰਧੀ ਅਸੀਂ ਪਹਿਲਾਂ ਵੀ ਵੀਡੀਓ ਪਾਸ ਚੁੱਕੇ ਆ ਪਰ ਹੁਣੇ-ਹੁਣੇ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਦੀ ਜੋ ਤੀਜੀ ਲਹਿਰ ਹੈ ਉਹਦੇ ਵਾਧੇ ਪ੍ਰਭਾਵ ਦੇ ਮੱਦੇਨਜ਼ਰ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੇ ਸਨਮੁਖੇ ਕਾਉਂਸਲਿੰਗ ਅਗਲੇਰੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜੋ ਕਾਉਂਸਲਿੰਗ ਦੀਆਂ ਮਿਤੀਆਂ ਹੋਣਗੀਆਂ ਉਹ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕਰ ਦਿੱਤੀਆਂ ਜਾਣਗੀਆਂ ਇਸ ਕਰਕੇ ਇਹਨਾਂ ਦੀ ਬੋਰਡ ਦੀ ਵੈੱਬਸਾਈਟ ਨੂੰ ਰੈਗੂਲਰਲੀ ਵਿਜ਼ਿਟ ਕਰਦੇ ਰਹਿਣਾ ਇਹ ਜਾਣਕਾਰੀ ਅਧਿਨ ਸੇਵਾਮਾ ਚੌਣ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਕਰਕੇ ਤੁਸੀਂ ਹੁਣ 18 ਜਨਵਰੀ ਤੋਂ 3 ਫਰਵਰੀ ਤੱਕ ਜੋ ਕਾਉਂਸਲਿੰਗ ਹੋਣੀ ਸੀ ਉਹਦੋਂ ਨਹੀਂ ਜਾਣਾ ਤੇ ਉਸ ਦੀਆਂ ਜੋ ਨਵੀਆਂ ਮਿਤੀਆਂ ਹੋਣਗੀਆਂ ਉਹਨਾਂ ਦਾ ਐਲਾਨ ਇਹਨਾਂ ਦੀ ਬੋਰਡ ਦੀ ਵੈੱਬਸਾਈਟ ਉੱਤੇ ਕਰ ਦਿੱਤਾ ਜਾਵੇਗਾ ਜਾਂ ਤੁਸੀਂ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਕੇ ਰੱਖੋ ਜਾਂ ਇਸ ਚੈਨਲ ਨੂੰ ਜੁਆਇਨ ਕਰਕੇ ਰੱਖੋ ਜਦੋਂ ਵੀ ਇਹ ਡੇਟਸ ਦਾ ਅਨਾਉਂਸ ਹੁੰਦੀਆਂ ਨੇ ਤਾਂ ਤੁਹਾਨੂੰ ਇਸ ਚੈਨਲ ਦੇ ਉੱਤੇ ਦੱਸ ਦਿੱਤਾ ਜਾਵੇਗਾ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਗੇ ਤੋਂ ਨਵੇਂ-ਨਵੇਂ ਵੀਡੀਓ ਪਾਉਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਬਟਨ ਨੂੰ ਦਬਾ ਕੇ ਰੱਖੋ ਧੰਨਵਾਦ